ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਡਾਕਟਰ ਕੁਲਦੀਪ ਸਿੰਘ ਸ਼ੇਰਗੱਲ ਮਰਖਾਈ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਝੋਨੇ ਦੇ ਰਸ ਚ ਉਸ ਕਿڑے ਹਨ ਜਿਹਦੇ ਵਿੱਚ ਇੱਕ ਚਿੱਟੀ ਪਿੱਠ ਵਾਲਾ ਟਿੱਡਾ ਤੇ ਇੱਕ ਪੂਰਾ ਟਿੱਡਾ ਇਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਇਸ ਕੀੜੇ ਦੇ ਜਿਹੜੇ नर ਤੇ ਮਾਦਾ ਹੈਗੇ ਆ ਉਹ ਆਂਡੇ ਦਿੰਦੇ ਆਂਡੇ ਕਹੜੇ ਦਿੰਦੇ ਆ ਤਣੇ 'ਚ ਦਿੰਦੇ ਆ ਜਿਦੇ ਵਿੱਚੋਂ ਬੱਚੇ ਨਿਕਲਦੇ ਐ ਤੇ ਬੱਚੇ ਨੂੰ ਨਿੰਫ ਕਹਿੰਦੇ ਐ ਤੇ ਇਹ ਨਿੰਫ ਤੇ ਅਡਲਟ ਬਾਲਗ ਇਹ ਦੋਨੋਂ ਹੀ ਜਿਹੜਾ ਬੂਟੇ ਦਾ ਰਸ ਚੂਸਦੇ ਐ ਉਹਦਾ ਜਿਹੜਾ ਜੂਸ ਹੈਗਾ ਉਹ ਚੂਸਦੇ ਐ ਚੂਸ ਕੇ ਤੇ ਬੂਟੇ ਨੂੰ ਕਮਜ਼ੋਰ ਕਰ ਦਿੰਦੇ ਐ ਤੇ ਹੌਲੀ-ਹੌਲੀ ਇਹਨਾਂ ਦਾ ਜਦੋਂ ਹਮਲਾ ਵੱਧਦਾ ਹੈਗਾ ਤੇ ਪੂਰੇ ਦਾ ਪੂਰਾ ਪਲਾਂਟ ਜਿਹੜਾ ਹੈਗਾ ਕਮਜ਼ੋਰ ਹੋ ਜਾਂਦਾ ਹੈ ਇਹ ਕਾਫੀ ਭਿਆਨਕ ਰੂਪ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਆ ਚੁੱਕਾ ਹੈ। ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿਸਾਨ ਨੇ ਖੇਤ ਦੇ ਵਿੱਚ ਇਸ ਨੂੰ ਵਧਾਉਣ ਵਾਸਤੇ ਕਾਫੀ ਮਿਹਨਤ ਕੀਤੀ ਹੁੰਦੀ ਹੈ ਜਿਵੇਂ ਕਿ ਯੂਰੀਆ ਜ਼ਿਆਦਾ ਪਾਈ ਹੋਵੇ। ਖੇਤ ਦੇ ਵਿੱਚ ਬਾਈਫੈਂਥ੍ਰਿਨ, ਡੈਲਟਾ ਮੈਥ੍ਰਿਨ, ਸਾਈਪਰਮੈਥ੍ਰਿਨ, ਲਿੰਬੜਾ ਸਾਈ ਹੈਲੋਥ੍ਰਿਨ ਜਾਂ ਫੈਨਵਲ ਵਰਗੀਆਂ ਦਵਾਈਆਂ ਛਿੜਕੀਆਂ ਹੋਣ। ਤਾਂ ਇਹਦੀ ਸੰਖਿਆ ਨਾ ਹਰ ਇੱਕ ਭੂਟੇ ਦੇ ਉੱਤੇ ਜਦੋਂ ਜੇ ਨਿੰਫ 400 ਤੋਂ 500 ਹੋ ਜਾਣ ਤੇ ਅਡਲਟ ਦੀ ਸੰਖਿਆ ਜਾਂ ਅਡਲਟ ਦੀ ਸੰਖਿਆ 200 ਤੱਕ ਚਲੀ ਜਾਵੇ ਤਾਂ ਇਹ ਪੂਰੇ ਤਰੀਕੇ ਨਾਲ ਫਸਲ ਨੂੰ ਬਰਬਾਦ ਵੀ ਕਰ ਸਕਦਾ ਹੈ ਪਾਸਟ ਦੇ ਵਿੱਚ ਹੋਇਆ ਵੀ ਹੈ 1978 ਦੇ ਵਿੱਚ ਪਾਕਿਸਤਾਨ 1979 ਦੇ ਵਿੱਚ ਮਲੇਸ਼ੀਆ 1982 84 ਅਤੇ 85 ਦੇ ਵਿੱਚ ਭਾਰਤ ਦੇ ਵਿੱਚ ਇਹਦਾ ਹਮਲਾ ਜਿਹੜਾ ਹੈਗਾ ਬਹੁਤ ਭਿਆਨਕ ਹਮਲਾ ਹੋ ਚੁੱਕਾ ਹੈ ਇਸ ਕਰਕੇ ਇਸ ਨੂੰ ਜਿਹੜਾ ਹੈਗਾ 메ਜਰ ਪਿਸਟ ਦੇ ਵਿੱਚ ਗਿਨਿਆ ਜਾਣ ਲੱਗਿਆ ਕਿ ਇਹ ਝੋਨੇ ਦਾ ਕਾਫੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਦੋਸਤੋ ਇਹ ਜਦੋਂ ਬੂਟੇ ਦਾ ਰਸ ਚੂਸਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਮਲ ਤੇ ਆਗਦਾ ਨਾ ਉਹ ਜਿਹੜਾ ਹੈਗਾ ਉਸਨੂੰ ਅਸੀਂ ਹਨੀ ਡਿਊ ਕਹਿੰਦੇ ਆ ਤੇ ਉਹ ਚਿਪਚਿਪਾ ਪਦਾਰਥ ਜਿਹੜਾ ਬਾਹਰ ਨਿਕਲਦਾ ਹੈ ਉਹਦੇ ਉੱਪਰ ਕਈ ਤਰੀਕੇ ਦੀਆਂ ਮੋਲਡ ਤੇ ਉਲੀਆਂ ਜਿਹੜੀਆਂ ਉਗਦੀਆਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਹੋਰ ਬਿਮਾਰੀਆਂ ਦੇ ਇਨਫੈਕਸ਼ਨ ਵੀ ਹੋ ਜਾਂਦੀ ਹੈ। ਜਦੋਂ ਕਿ ਸਾਡੇ ਤਾਂ ਇੱਥੇ ਇੱਕ ਦੋ ਤਰ੍ਹਾਂ ਦੇ ਵਾਇਰਸ ਹੈਗੇ ਐ ਰੈਗ ਡਿਸਟੈਂਟ ਐਂਡ ਗ੍ਰੈਸਿਸਟੈਂਟ ਇਹ ਦੋਵੇਂ ਬਾਰੇ ਸਾਡੇ ਤਾਂ ਹਮਲਾ ਨਹੀਂ ਕਰਦੇ ਪਰੰਤੂ ਜਿਹੜੇ ਦੇਸ਼ਾਂ ਦੇ ਵਿੱਚ ਇਹ ਕਰਦੇ ਐ ਤੇ ਉੱਥੇ ਤਾਂ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਖੇਤ ਦੇਖਦੇ ਹੋ ਤਾਂ ਖੇਤ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਖੇਤ ਦੇ ਵਿੱਚ ਬੂਟੇ ਪੀਲੇ ਪੀਲੇ ਜੇ ਹੋਏ ਹੋਣ ਮਾੜੇ ਮਾੜੇ ਤਾਂ ਤੁਹਾਨੂੰ ਦੂਰੋਂ ਪਛਾਣ ਆ ਜਾਂਦੀ ਕਿ ਉਹ ਫਲਾਨੀ ਧੋੜੀ ਦੇ ਉੱਪਰਲੇ ਪਾਸੇ ਜਿਹੜਾ ਇਹਦਾ ਹਮਲਾ ਹੋਇਆ ਹੋਇਆ। ਪਰੰਤੂ ਜਦੋਂ ਹਮਲਾ ਵੱਧ ਜਾਂਦਾ ਹੈ ਤਾਂ ਗੁਲਾਈ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਵੇਂ ਖੇਤ ਦੇ ਵਿੱਚ ਅੱਗ ਨਾਲ ਮੱਚਿਆ ਹੋਵੇ। ਇਹ ਗੁਲਾਈ ਦੇ ਵਿੱਚ ਆਪਣਾ ਹਮਲਾ ਵਧਾਉਂਦੇ ਆ ਬਾਹਰੋਂ ਵੱਧਦੇ ਆ। ਕਣਕ ਦੇ ਤੇਲੇ ਦੀ ਤਰ੍ਹਾਂ ਇਹ ਬਾਹਰੋਂ ਹਮਲਾ ਨਹੀਂ ਕਰਦੇ ਅੰਦਰਲੇ ਪਾਸੇ ਕਿਤੇ ਵੀ ਹੋ ਸਕਦੇ ਆ ਜਿੱਥੇ ਕਿਤੇ ਬੂਟੇ ਸੰਘਣੇ ਲੱਗੇ ਹੋਏ ਆ ਜਾਂ ਜਿੱਥੇ ਕਿਤੇ ਖਾਤ ਜ਼ਿਆਦਾ ਪਈ ਹੋਈ ਆ ਜਾਂ ਦਰਖਤਾਂ ਦੀ ਛਾਂ ਦੇ ਥੱਲੇ ਇੱਕ ਚੀਜ਼ ਹੋਰ ਨੋਟ ਕਰਿਓ ਜੇ ਤੁਹਾਡੇ ਖੇਤਾਂ 'ਚ ਨਦੀਨ ਖੜਾ ਹੈ ਨਦੀਨ ਦੇ ਉੱਪਰ ਇਹਦਾ ਹਮਲਾ ਪਹਿਲਾਂ ਆਏਗਾ ਤਾਂ ਨਦੀਨ ਖੇਤ ਦੇ ਕੋਲੇ ਜਾਂ ਵਟਾਂ ਦੇ ਕੋਲੇ ਨਹੀਂ ਰਹਿਣ ਦੇਣਾ ਜੇ ਉਹ ਹੋ ਗਿਆ ਤਾਂ ਇਹਦਾ ਹਮਲਾ ਹੋਰ ਵੱਜ ਜਾਣਾ ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਕੀੜਾ ਹੈਗਾ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਖੇਤ ਦੇ ਵਿੱਚ ਤੇ ਪਰੰਤੂ ਦੂਸਰੇ ਪਾਸੇ ਇੱਕ ਚੀਜ਼ ਹੋਰ ਵੀ ਹੈ ਕਿ ਜੇਕਰ ਇਹਦਾ ਹਮਲਾ ਦੁੱਧਾ ਭਰਨ ਤੋਂ ਬਾਅਦ ਦੇ ਵਿੱਚ ਆਵੇ ਜੇਕਰ ਉਹ ਪੂਰਾ ਦੁੱਧ ਆ ਭਰ ਚੁੱਕਾ ਦਾਣੇ ਦੇ ਵਿੱਚ ਜੇ ਉਸ ਟਾਈਮ ਤੇ ਇਹਦਾ ਹਮਲਾ ਆਉਂਦਾ ਹੈ ਮਤਲਬ ਕਿ ਜਿਹੜੀ ਮਿਲਕੀ ਸਟੇਜ ਹੈ ਉਹ ਨੰਗ ਚੁੱਕੀ ਹੈ ਉਸ ਤੋਂ ਬਾਅਦ ਸ਼ਮਲਾ ਆਉਂਦਾ ਹੈ ਤਾਂ ਖੇਤ ਦਾ ਕੋਈ ਨੁਕਸਾਨ ਨਹੀਂ ਕਰਦੇ ਸਿੱਧੇ ਤੌਰ ਦੇ ਵਿੱਚ ਕੋਈ ਨੁਕਸਾਨ ਨਹੀਂ ਕਰਦੇ ਤਾਂ ਉਸ ਟਾਈਮ ਤੇ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤਾਂ ਇਸ ਨੂੰ ਕੰਟਰੋਲ ਕਰਨ ਵਾਸਤੇ ਕੁਦਰਤ ਨੇ ਕਈ ਜਿਹੜੇ ਹੈਗੇ ਆ ਸਾਡੇ ਦੋਸਤ ਮਾਸਾਹਰੀ ਕੀਟ ਵੀ ਦਿੱਤੇ ਆ ਜਿਹੜੇ ਕਿ ਇਹਨੂੰ ਖਾਂਦੇ ਆ ਮੈਂ ਕੁਝ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਸੀਆਂ ਜਿਹਦੇ ਵਿੱਚ ਜਿਵੇਂ ਮਿਰੇਡ ਬੱਗ ਹੈਗਾ ਸਟਰੀਡਰਸ ਹੈਗੇ ਆ ਇਹ ਸਪਰਾਇਡਰਸ ਸਪਾਈਡਰਸ ਹੈਗੇ ਆ ਤੁਹਾਡੀਆਂ ਮੱਕੜੀਆਂ ਹੈ ਜਾਂ ਕੁਝ ਕੀੜੇ ਆ ਜਿਹੜੇ ਕਿ ਇਹਦੇ ਅੰਡੇ ਨੂੰ ਖਰਾਬ ਕਰਦੇ ਆ ਉਹਨਾਂ ਦੀ ਸੰਖਿਆ ਖੇਤ ਦੇ ਵਿੱਚ ਬਹੁਤ ਹੁੰਦੀ ਹੈ ਜਿਹੜੇ ਸਿੰਥੈਟਿਕ ਪੈਰਾਥਰੈਡ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਉਹ ਇਹਨਾਂ ਨੂੰ ਮਿੱਤਰਾਂ ਨੂੰ ਮਾਰ ਦਿੰਦੇ ਆ ਤੇ ਫਿਰ ਦੁਸ਼ਮਣ ਖੇਤ ਦੇ ਵਿੱਚ ਖੁੱਲੇ ਆਮ ਘੁੰਮਦਾ ਬਹੁਤੀ ਵਾਰੀ ਕਿਸਾਨ ਇਸ ਕੀਟ ਨੂੰ ਬਹੁਤ ਲਾਈਟਲੀ ਲੈਂਦਾ ਹੈ ਤੇ ਲਾਈਟਲੀ ਲੈ ਕੇ ਸ਼ੁਰੂ ਤੋਂ ਹੀ ਜਿਹੜਾ ਹੈਗਾ ਇਹ ਕੁਝ ਇਹੋ ਜਿਹੇ ਜ਼ਹਿਰ ਵਰਤਨੇ ਸ਼ੁਰੂ ਕਰ ਦਿੰਦਾ ਕਿ ਜਿੰਨਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਇਸ ਕੀਟ ਦੀ ਖੇਤ ਦੇ ਵਿੱਚ ਗਿਣਤੀ ਵਧਣੀ ਸ਼ੁਰੂ ਹੁੰਦੀ ਹੈ ਤੇ ਗਿਣਤੀ ਦਾ ਕਿੰਨੀ ਹੋਵੇ ਜਦੋਂ ਬੂਟੇ ਦੇ ਉੱਪਰ 5 ਤੱਕ ਦਾਣੇ ਇਹਦੇ ਹੋਣ ਜਾਂ ਉਸ ਤੋਂ ਵੱਧ ਹੋਣ ਉਸ ਸਮੇਂ ਹੀ ਖੇਤ ਦੇ ਵਿੱਚ ਸਪਰੇਅ ਕਰਨਾ ਤੇ ਤੇ ਲਈ ਕਰਨਾ ਕਿ ਇਹ ਖੇਤ ਦੇ ਵਿੱਚ ਜਾਓ ਜਿੱਥੇ ਖੇਤ ਸੰਘਣਾ ਹੈਗਾ ਛਾਂ ਹੈਗੀ ਹੈ ਉਸ ਜਗ੍ਹਾ ਤੇ ਜਾਓ ਜਾ ਕੇ ਬੂਟੇ ਨੂੰ ਟੇਡਾ ਕਰਕੇ ਉਹਦੇ ਦੋ ਥੱਪੜ ਮਾਰ ਕੇ ਉਸ ਨੂੰ ਝਾੜੋ ਤੇ ਜਦੋਂ ਝਾੜੋਗੇ ਤਾਂ ਪਾਣੀ ਦੇ ਉੱਪਰ ਦੇ ਪਾਸੇ ਚਿੱਟੇ-ਚਿੱਟੇ ਜਾਂ ਪੂਰੇ-ਪੂਰੇ ਜੀਜ ਡਿੱਗਣਗੇ ਜਿਹੜੇ ਕਿ ਟਪੂਸੀਆਂ ਮਾਰਦੇ ਹੋਣਗੇ ਜਾਂ ਜੇ ਬੂਟੇ ਦੇ ਉੱਪਰ ਹੈ ਤਾਂ ਇਹਨੂੰ ਤੁਸੀਂ ਉਂਗਲ ਨਾਲ ਹਿਲਾਓਗੇ ਤਾਂ ਟੇਡਾ ਚੱਲੂਗਾ ਸਭ ਤੋਂ ਵੱਡੀ ਖਾਸੀਅਤ ਇਹਦੀ ਤਾਂ ਤੁਹਾਨੂੰ ਪਤਾ ਲੱਗ ਜਿਗਾ ਕਿ ਵੇ ਹੌਪਰ ਆ ਗਿਆ ਤੇ ਜਦੋਂ ਸੰਖਿਆ 5 ਤੋਂ ਉੱਪਰ ਹੋਣੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਅਸੀਂ ਸਪਰੇਅ ਕਰਨਾ ਹੈ ਤਾਂ ਸਪਰੇਅ ਕਰਨ ਲੱਗਿਆਂ ਵੀ ਧਿਆਨ ਰੱਖਣ ਜੋ ਗੱਲ ਇਹ ਹੈਗੀ ਹੈ ਕਿ ਜਦੋਂ ਇਹਦਾ ਹਮਲਾ ਹੋ ਜਾਵੇ ਉਹ ਸਮੇਂ ਖੇਤ ਦੇ ਵਿੱਚੋਂ ਇੱਕ ਵਾਰੀ ਪਾਣੀ ਸਾਰਾ ਬਾਹਰ ਕੱਢ ਦੇਣਾ ਤੇ ਜਦੋਂ ਇਹ ਖੇਤ ਦੇ ਵਿੱਚ ਮੌਜੂਦ ਹੈ ਉਸ ਟਾਈਮ ਤੇ ਤੁਸੀਂ ਜਿਹੜਾ ਹੈਗਾ ਖੇਤ ਦਾ ਖੇਤ ਨੂੰ ਆਲਟਰਨੇਟ ਵੈਟਿੰਗ ਐਂਡ ਡਰਾਈਂਗ ਮੈਥਡ ਯੂਜ਼ ਕਰਨਾ ਪਾਣੀ ਲਾਉਣ ਵਾਸਤੇ ਪਾਣੀ ਲਾਤਾ ਪਹਿਲਾ ਪਾਣੀ ਜੀਰ ਗਿਆ ਉਸ ਤੋਂ ਬਾਅਦ ਦੇ ਵਿੱਚ ਫਿਰ ਪਾਣੀ ਲਾਉਣਾ ਤਾਂ ਸਪਰੇਅ ਕਰਨ ਵੇਲੇ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਸਪਰੇਅ ਚੰਗੇ ਤਰੀਕੇ ਨਾਲ ਕਰੋ ਕਿ ਜਿਹੜੀ ਮੁੱਢਾਂ ਤੱਕ ਸਪਰੇਅ ਪਹੁੰਚੇ ਤੇ ਇਸ ਦਾ ਜਿਹੜਾ ਹੈਗਾ ਵੱਧ ਤੋਂ ਵੱਧ ਨੁਕਸਾਨ ਕਰ ਸਕੇ ਸ਼ੁਰੂਆਤੀ ਦੌਰ ਤੇ ਆਪਾਂ ਸ਼ੁਰੂਆਤ ਕਰਨੀ ਹੈਗੀ ਹੈ ਛੋਟੀਆਂ ਦਵਾਈਆਂ ਤੋਂ ਜਿਸ ਤਰ੍ਹਾਂ ਕਿ ਤੁਹਾਡੇ ਕੋਲੇ ਮੀਡਾ ਕੈਲੋਪਰੇਟ ਦਵਾਈ ਆਉਂਦੀ ਹੈ 17.8% ਐਸਐਲ ਤਾਂ ਇਹ ਇੱਕ ਪ੍ਰਾਣੀ ਤੇ ਵਧੀਆ ਦਵਾਈ ਹੈ ਜਿਹੜੀ ਕਿ ਦੋਹਾਂ ਨੇ ਕੰਟਰੋਲ ਕਰਦੀ ਹੈ ਚਾਹੇ ਹੋ ਪੂਰੀ ਚਿੱਟੀ ਪੱਠਾਲਾ ਚਾਹੇ ਉਹ ਪੂਰਾ ਟਿੱਡਾ ਹੈ ਇਨਾਂ ਨੂੰ ਹੀ ਨਾਲ ਇਹ ਜਿਹੜੀਆਂ ਸਾਰੀਆਂ ਦਵਾਈਆਂ ਜਿਹੜਾ ਤੁਹਾਡੇ ਖੇਤ ਦੇ ਵਿੱਚ ਟਿੱਡ ਫਿਰਦਾ ਜਿਹੜਾ ਘਾਹ ਵਾਲਾ ਜਾਂ ਅੱਕਾਂ ਵਾਲੇ ਟਿੱਡੇ ਵਰਗਾ ਟਿੱਡਾ ਇਹਨੂੰ ਵੀ ਇਹ ਦਵਾਈਆਂ ਮਾਰਨੀਆਂ ਤਾਂ ਇਹ ਦਵਾਈ ਜਿਹੜੀ ਹੈਗੀ 40 ਐਮ ਐਲ ਪ੍ਰਤੀ ਕਿੱਲਾ ਵਰਤਣੀ ਹੈ ਜੇ 100 ਲੀਟਰ ਪਾਣੀ ਪਾਉਣੇ ਤਾਂ 40 ਐਮ ਐਲ ਜੇ ਪਾਣੀ ਵੱਧ ਲਾਉਣੇ ਤਾਂ ਉਸੇ ਹਿਸਾਬ ਦੇ ਨਾਲ 1 ਲੀਟਰ 4 ਲੀਟਰ ਮਗਰ 1 ਮਿਲੀਲੀਟਰ ਦਵਾਈ ਪਾ ਕੇ ਆਪਾਂ ਸਪਰੇਅ ਕਰਨਾ ਹੈ ਦੂਸਰੀ ਤੁਹਾਡੇ ਕੋਲੇ ਉਹ ਸੇਵੀਆਂ ਜੀਆਂ ਹੈਗੀਆਂ ਥਾਈਮਥੌਕਸਿਮ ਜਿਹੜੀ ਕਿ ਆਪਣੀ 25 ਵਜਨ ਜੀ ਹੈਗੀ ਹੈ ਇਹ ਤੁਸੀਂ 40 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨਾ ਜਾਂ ਪਿਛਲੇ ਸਾਲ ਇੱਕ ਦਵਾਈ ਹੋਰ ਆਈ ਸੀ ਜਿਹਨੂੰ ਕਿ ਬੀਜ਼ ਟ੍ਰੀਟਮੈਂਟ ਵਾਸਤੇ ਵਰਤਿਆ ਜਾਂਦਾ ਥਾਈਮਥੌਕਸਿਮ 30 ਐਫਐਸ ਤਾਂ ਇਹ ਦਵਾਈ ਕਿਸਾਨਾਂ ਨੇ ਖੇਤਾਂ ਦੇ ਵਿੱਚ ਵਰਤੀ ਤੇ ਕਿਸਾਨਾਂ ਨੂੰ ਰਿਜ਼ਲਟ ਚੰਗਾ ਮਿਲਿਆ ਪਰੰਤੂ ਇੱਕ ਨਾਲ ਨੁਕਸੇ ਪਿਆ ਕਿ ਜਿੱਥੇ ਇਹ ਦਵਾਈ ਵਰਤੀ ਸੀਗੀ ਉਸ ਜਗ੍ਹਾ ਤੇ ਪੱਤਿਆਂ ਦੇ ਟੁੱਸੇ ਜਿਹੜੇ ਹੈਗੇ ਖਰਾਬ ਹੋ ਗਏ ਸੀਗੇ ਤਾਂ ਉਸ ਤੋਂ ਬਚਾਸਤੇ ਜੇ ਇਹਨੂੰ ਛਿੜਕਣਾ ਹੈ ਤੇਰੀ ਡੋਜ਼ ਬੜੀ ਹੀ ਧਿਆਨ ਨਾਲ ਪਾਉਣੀ ਹੈ ਇਹ 40 ml ਇਹ ਲਿਕਵਿਡ ਦਵਾਈ ਹੈ 40 ml ਜਿਹੜੀ ਹੈਗੀ ਹੈ ਪ੍ਰਤੀ ਕਿੱਲਾ ਤੁਸੀਂ ਇਹਨੂੰ ਵਰਤਣਾ ਹੈਗਾ ਤਾਂ ਇਹ ਸ਼ੁਰੂਆਤੀ ਦਵਾਈਆਂ ਜਿਨ੍ਹਾਂ ਨੂੰ ਤੁਸੀਂ ਵਰਤ ਸਕਦੇ ਹੋ ਇਸ ਤੋਂ ਨਾਲ ਹੀ ਤੁਹਾਡੇ ਕੋਲੇ 1 ਕ ਲੱਖ ਦਵਾਈ ਹੈ ਹੁਣ ਮੈਂ ਸਿਰਫ ਬ੍ਰਾਂਡ ਦਾ ਨਾਮ ਲੈ ਰਿਹਾ ਜਿਹੜੀ ਕਿ 25 EC ਹੁੰਦੀ ਹੈ 800 ਮਿਲੀਲੀਟਰ ਕਿੱਲੇ ਦੀ ਵਰਤ ਸਕਦੇ ਹਾਂ ਜੇ ਇਹਨਾਂ ਦਵਾਈਆਂ ਦੇ ਨਾਲ ਇਹ ਬਿਮਾਰੀ ਨਹੀਂ ਰੁਕਦੀ ਹੈ ਤਾਂ ਫੇਰ ਤੁਹਾਡੇ ਕੋਲੇ ਚਾਂਸ ਹੈਗਾ ਫੇਰ ਤੁਸੀਂ ਅੱਗੇ ਜਾ ਸਕਦੇ ਹੋ ਫੇਰ ਬ੍ਰਾਂਡ ਨੇਮ ਦੇ ਨਾਲ ਹੀ ਦੱਸਾਂਗਾ ਕਿ ਤੁਹਾਡੇ ਕੋਲੇ ਦਵਾਈ ਆਉਂਦੀ ਹੈ ਚੈਸ ਪਾਈ ਮੈਟਰੋਜਨ ਤਾਂ ਇਹ ਜਿਹੜੀ ਚੈਸ ਦਵਾਈ ਹੈਗੀ ਹੈ 25 ਵਜੀ ਹੁੰਦੀ ਹੈ 120 ਗ੍ਰਾਮ ਪ੍ਰਤੀ ਕਿੱਲਾ ਤੁਸੀਂ ਇਹਨੂੰ ਵਰਤ ਸਕਦੇ ਹੋ ਲੇਕਿਨ ਸ਼ੁਰੂਆਤ ਚੈਸ ਤੋਂ ਨਹੀਂ ਕਰਨੀ ਸ਼ੁਰੂਆਤ ਤੁਹਾਡੀ ਦੂਸਰੀਆਂ ਦਵਾਈਆਂ ਤੋਂ ਹੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਬਾਜ਼ਾਰ ਦੇ ਵਿੱਚ ਇੱਕ ਗਲੈਮੋਰ ਦਵਾਈ ਆਉਂਦੀ ਹੈ ਕਿਉਂਕਿ ਕੁਝ ਰਿਸਰਚ ਪੇਪਰ ਮੈਂ ਪੜ੍ਹੇ ਆ ਜਿਹਦੇ ਵਿੱਚ ਕਿ ਇਸ ਦੇ ਚੰਗੇ ਰਿਜ਼ਲਟ ਆਏ ਆ ਤੁਹਾਡੇ ਕੋਲੇ ਓਸ਼ੀਨ ਦਵਾਈ ਹੈਗੀ ਹੈ 60 ਗ੍ਰਾਮ ਕਿੱਲੇ ਦੀ ਪੈਂਦੀ ਹੈ ਇਹਦੇ ਵੀ ਚੰਗੇ ਰਿਜ਼ਲਟ ਜਿਹੜੇ ਹੈਗੇ ਦੇਖਣ ਨੂੰ ਮਿਲੇ ਆ ਤਾਂ ਇਹਨਾਂ ਦਵਾਈਆਂ ਦੇ ਵਿੱਚੋਂ ਜੋ ਵੀ ਤੁਹਾਨੂੰ ਦਵਾਈ ਚੰਗੀ ਲੱਗੇ ਉਸ ਦਵਾਈ ਦਾ ਸਪਰੇਅ ਕਰਕੇ ਤੁਸੀਂ ਇਹਨੂੰ ਕੰਟਰੋਲ ਕਰ ਸਕਦੇ ਹੋ ਮੈਂ ਫੇਰ ਕਹਿਣਾ ਚਾਹਣਾ ਕਿ ਜੇਕਰ ਕੁਝ ਬ੍ਰਾਂਡ ਨੇਮ ਲੈ ਗਏ ਆ ਤਾਂ ਸਿਰਫ ਤੇ ਸਿਰਫ ਉਹ ਤੁਹਾਨੂੰ ਦੱਸਣ ਦੇ ਲਈ ਹੈ ਤਾਂ ਇਸ ਇਹੀ ਸਾਲਟ ਜਿਹੜੇ ਹੈਗੇ ਆ ਹੋਰ ਕੰਪਨੀਆਂ ਦੇ ਵੀ ਬਾਜ਼ਾਰ ਦੇ ਵਿੱਚ ਮਿਲਦੇ ਆ ਜੋ ਤੁਹਾਨੂੰ ਪਸੰਦ ਆਏ ਤੁਸੀਂ ਉਹਨੂੰ ਵਰਤ ਸਕਦੇ ਹੋ ਕੋਈ ਰਿਕਮੈਂਡੇਸ਼ਨ ਨਹੀਂ ਹੈ ਕਿ ਇਹੀ ਹੀ ਲੈਣੀ ਹੈ ਸ਼ੁਰੂਆਤ ਦੇ ਵਿੱਚ ਵਰਤਨਾ ਤੇ ਸਾਡੇ ਕੋਲੇ ਇੱਕ ਨੀਮ ਬੇਸਡ ਇਨਸੈਕਟੀਸਾਈਡ ਵੀ ਆਉਂਦਾ ਐ ਜੈ ਡਾਇਰੈਕਟਨ ਜਿਹੜਾ 3 ਤੋਂ 5 ਮਿਲੀਲੀਟਰ ਪੈਂਦਾ 1 ਲੀਟਰ ਪਾਣੀ ਦੇ ਵਿੱਚ ਉਹਦਾ ਸਪਰੇ ਵੀ ਤੁਸੀਂ ਕਰਕੇ ਜਿਹੜਾ ਹੈਗਾ ਇਹਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਤੇ ਇਹ ਹੀ ਹੋਣੀ ਹੈ ਕਿ ਜਿਸ ਸਮੇਂ ਬਿਮਾਰੀ ਆਉਣੀ ਹੈ ਖੇਤ 'ਚੋਂ ਹਿਊਮਿਡਿਟੀ ਘਟਾਓ ਨਮੀ ਘਟਾਓ ਤਾਂ ਇਹ ਕੰਟਰੋਲ ਹੋਏਗਾ ਜੇ ਨਮੀ ਨਹੀਂ ਘਟਾਓਗੇ ਤਾਂ ਇਹ ਕੰਟਰੋਲ ਨਹੀਂ ਹੋਣਾ ਪਿਛਲੇ ਸਾਲਾਂ ਤੋਂ ਆਪਾਂ ਇੱਕ ਦਵਾਈ ਹੋਰ ਵਰਤਦੇ ਆਂ ਬੀਪਰੋਫੀਜ਼ਨ 330 ਐਮਐਲ ਪ੍ਰਤੀ ਕਿਲਾ ਪਰੰਤੂ ਇਹਦੇ ਨਾਲ ਇੱਕ ਡਰਾਅ ਬੈਕ ਹੈ ਕਿ ਕੁਝ ਹੱਦ ਤੱਕ ਜਿਹੜਾ ਹੈਗਾ ਇਹ ਸਾਡੇ ਮਿੱਤਰ ਕੀੜਿਆਂ ਨੂੰ ਵੀ ਮਾਰਦੀ ਹੈ ਤੇ ਫਿਰ ਸਾਡੇ ਕੋਲੇ ਜਿਹੜਾ ਹੈਗਾ ਐ ਥਾਈਮਥੌਕਸਿਨ ਦੋ ਤਰ੍ਹਾਂ ਦਾ liquid ਵਾਲਾ ਤੇ ਸੇਵੀਆਂ ਵਾਲਾ ਸੇਵੀਆਂ 40 ਗ੍ਰਾਮ liquid 40 ਮਿਲੀਲੀਟਰ ਮੀਟਾਕੇਲੋਫਰੇਡ 40 ਮਿਲੀਲੀਟਰ ਜਾਂ ਤੁਹਾਡੇ ਕੋਲੇ ਇਸ ਤੋਂ ਬਾਅਦ ਦੇ ਵਿੱਚ 1.8 ਲਕਸ 800 ਮਿਲੀਲੀਟਰ ਜੇ ਉਸ ਤੋਂ ਬਾਅਦ ਤੁਹਾਡੇ ਕੋਲੇ ਦਵਾਈਆਂ ਜ਼ਿਆਦਾ ਟਾਈਮ ਰੱਖਣ ਲੈਣ ਵਾਲੀਆਂ ਦਵਾਈਆਂ ਦਾ ਅਸਰ ਰੱਖਣ ਵਾਲੀਆਂ ਤੇ ਕੁਝ ਮਹਿੰਗੀਆਂ ਦਵਾਈਆਂ ਜਿਹਦੇ ਵਿੱਚ ਤੁਹਾਡੇ ਕੋਲੇ ਚੈਸ ਹੈ ਗਲੇਮਰ ਹੈ ਓਸ਼ੀਨ ਹੈ ਇਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ ਕਈ ਵਾਰੀ ਇਹ ਹੁੰਦਾ ਹੈ ਕਿ ਕਿਸਾਨ ਵੀਰਾਂ ਤੋਂ ਇਹਦਾ ਪੂਰੇ ਤਰੀਕੇ ਨਾਲ ਕੰਟਰੋਲ ਨਹੀਂ ਹੁੰਦਾ ਕਈ ਕਾਰਨ ਹੋ ਜਾਂਦੇ ਆ ਕਿ ਖੇਤ ਦੇ ਵਿੱਚ ਜਿਹੜਾ ਹੈਗਾ ਬਰਨ ਹੋ ਜਾਂਦਾ ਹੈ ਤਾਂ ਜਿਸ ਸਮੇ ਇਹ ਬਰਨ ਹੋ ਜਾਂਦਾ ਇਹ ਨਿਸ਼ਾਨ ਆ ਜਾਂਦੇ ਸੜੇ ਹੋਏ ਦੇ ਉਸ ਸਮੇ ਕੋਈ ਵੀ ਦਵਾਈ ਇਹਦ ਕੰਟਰੋਲ ਕਰਨ ਦਾ ਕੋਈ ਅਸਰ ਨਹੀਂ ਕਰੇਗੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਸਾਡੇ ਕੋਲੇ ਇੱਕ ਦਵਾਈ ਵੱਜਦੀ ਹੈ ਕਿ ਅਸੀਂ ਖੇਤ ਦੇ ਵਿੱਚ ਡੀ ਡੀ ਵੀ ਪੀ 250 ਐਮ ਐਲ ਤੇ ਕਲੋਰੋ 500 ਐਮ ਐਲ ਦੋਵਾਂ ਨੂੰ ਮਿੱਟੀ 'ਚ ਲਾ ਕੇ ਛਿੱਟਾ ਦੇ ਸਕਦੇ ਹਾਂ ਤਾਂ ਕਿ ਜਿਸ ਜਗ੍ਹਾ ਤੋਂ ਇਸ ਨੇ ਬਰਨ ਕਰ ਦਿੱਤਾ ਹੈਗਾ ਉਸ ਜਗ੍ਹਾ ਤੋਂ ਪਾਸੇ ਜਿਹੜਾ ਹੈਗਾ ਕੀੜੇ ਜਾ ਕੇ ਹਮਲਾ ਨਾ ਕਰ ਸਕਣ ਪਰantu ਦੋਸਤੋ ਇਹਨੂੰ ਲਾਸਟ ਤੇ ਵਰਤਣਾ ਹੈ ਜੇ ਨੂੰ ਤੁਸੀਂ ਸ਼ੁਰੂਆਤ ਦੇ ਵਿੱਚ ਵਰਤ ਲਓਗੇ ਤਾਂ ਤੁਹਾਡੇ ਮਿੱਤਰ ਕਿਹੜੇ ਸਾਰੇ ਖਤਮ ਹੋ ਜਾਣਗੇ ਤੇ ਫਿਰ ਇਹ ਕੰਟਰੋਲ ਨਹੀਂ ਹੋਣਾ ਇਹ ਬਿਲਕੁਲ ਅਖੀਰ ਤੇ ਉਪਾਅ ਹੈਗਾ ਕਿ ਤੁਸੀਂ ਇਸ ਨੂੰ ਵਰਤ ਸਕਦੇ ਹੋ ਜਿੱਥੇ ਕਿ ਬਹੁਤ ਜ਼ਿਆਦਾ ਜਿਹੜਾ ਹਮਲਾ ਹੋ ਗਿਆ ਤੇ ਹੁਣ ਫਸਲ ਫੇਲਿਅਰ ਹੈਗਾ ਉਸ ਟਾਈਮ ਤੇ ਜੇ ਸ਼ੁਰੂ ਚ ਵਰਤ ਗਏ ਤਾਂ ਕਿਉਂਕਿ ਸ਼ੁਰੂਆਤੀ ਦੌਰ ਚ ਇਸ ਕੀੜੇ ਦੇ ਦੁਆਰਾ ਤੋਂ ਦੁਆਰਾ ਹਮਲੇ ਆਉਣੇ ਆ ਤੇ ਫਿਰ ਕੰਟਰੋਲ ਨਹੀਂ ਹੋਣਾ ਦੋਸਤੋ ਉਮੀਦ ਹੈ ਕਿ ਵੀਡੀਓ ਚੰਗੀ ਲੱਗੀ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤ